ਆਪਣੇ ਖਲੋਤੇ ਆ ਜਨਾਬ, ਤੇਰਾ ਜ਼ਿੰਦਾ ਅਤੇ ਦਰਾਬਾਂ ਦੇ ਦਰਮਿਆਨ ਦੇ ਵੇਚ ਨੇ ਇੱਕ ਜਗ੍ਹਾ ਹੈ ਅਮਨ ਮੇਲਾ। ਇੱਥੇ ਕਿ ਇਹਨਾਂ ਦੀ ਚੈੱਕ ਪੋਸਟ ਹੈ, ਪੁਲਿਸ ਵਾਲਿਆਂ ਦੀ ਚੈੱਕ ਪੋਸਟ। ਕੀ ਹੈ ਕਿ ਸਿਰਫ ਗੱਡੀਆਂ ਵਾਲਿਆਂ ਨੂੰ ਉਹਨਾਂ ਲੁੱਟਣ ਦਾ ਬਹਾਨਾ ਹੈ ਬਸ। ਮੈਂ ਪਿੱਛੇ ਹੁਣ ਸਾਰੀ ਲਾਈਨ ਲੱਗੀ ਖਲੋਤੀ ਅਤੇ ਅੱਗੇ ਵੇਖੋ ਤਾਂ ਅੱਗੇ ਜਨਾਬ ਇਹ ਤੋੜ ਤੱਕ ਇਹ ਤਕਰੀਬਨ ਚੈੱਕ ਪੋਸਟ ਤੋਂ ਪਿੱਛੇ ਕੋਈ 1.5 ਕਿਲੋਮੀਟਰ ਤਾਂ ਪੱਕੀ ਤੋਂ ਅੱਗੇ ਹਾਲੇ ਦੂਰ ਚੈੱਕ ਪੋਸਟ। ਉਸ ਤੋਂ ਬਾਅਦ ਜਾ ਕੇ ਤਾਂ ਉੱਥੇ ਜਾ ਕੇ ਵਾਰੀ ਆਉਣੀ ਆ। ਸਿਰਫ ਹੋਰ ਗੱਲਬਾਤ ਕੋਈ ਨਹੀਂ, ਗੱਡੀ ਚੈੱਕ ਕਰਨੀ ਨੇ ਰੁਪਈਆ 500 ਦੀ ਤਾਂ ਬਸ ਜਾਣ ਛੋੜੋ। ਇਹ ਹਾਲਾਤ ਹੁਣ ਜਿਹੜੇ ਤਾਂ ਥੋੜ੍ਹੇ ਜਿਹੜੇ ਨਾ 2 ਤੋਂ 3 ਘੰਟੇ ਤਾਂ ਨਾ ਉਹ ਪੱਕੇ ਨੇ। ਅਸੀਂ ਇੱਥੇ ਤਕਰੀਬਨ ਨਾ ਅਸਰ ਟਾਈਮ ਆ ਕੇ ਖਲੋਤੇ ਹਾਂ ਅਤੇ 1 ਕਿਲੋਮੀਟਰ ਦੂਰ ਖਲੋਤੇ ਅਸੀਂ ਚੈੱਕ ਪੋਸਟ ਤੋਂ। ਹੁਣ ਵੀ ਇੱਥੇ ਅੱਗਾਂ ਹਾਲੀ ਉਹ ਸਾਹਮਣੇ ਜਿਹੜਾ ਬੋਰਡ ਨਜ਼ਰ ਆਉਂਦਾ ਪਿਆ ਨਾ, ਉਸ ਤੋਂ ਅੱਗੇ ਚੈੱਕ ਪੋਸਟ ਹਾਲੀ ਤਕਰੀਬਨ ਕੋਈ 1.5 ਘੰਟਾ ਤੋਰ ਆਪਣੀ ਵਾਰੀ ਨਹੀਂ ਆਉਂਦੀ। ਇਹ ਹਾਲਾਤ ਹਨ ਜੀ ਇੱਥੇ। ਰੋਡ ਤੇ ਚਲਦਿਆਂ ਵੱਧ ਘੱਟ ਹਰ ਇਨਸਾਨ ਨਾਲ ਇਹ ਬਿਰਾਜੇ ਕਿਤੇ ਵੇਖ ਲਿਓ ਸਭ ਤੋਂ ਪਹਿਲੇ, ਜੇਕਰ ਤੁਸੀਂ ਆਓ ਤੇ ਪਹਿਲੇ ਰੇਟ ਪੁੱਛੋ
ਇਹ ਜਿਹੜਾ ਕੋਈ ਕੰਮ ਕਰਿਆ ਮੈਨੂੰ ਉਹਨੇ ਉਸ ਤੋਂ ਬਾਅਦ ਜਾ ਕੇ ਕੀਤਾ ਮੈਂ ਤਾਂ ਸ਼ੁਕਰ ਵਾਸ਼ਨਾ ਸਾਫ਼ ਪਾ ਲਿਆ ਤਾਂ ਵਾਸ਼ਨਾ ਕਿਤੇ ਤੇ ਦੂਸਰਾ ਖੇਲ ਲੈ ਕੇ ਅੱਗੇ ਨਾ ਬਿਨ ਹੱਥ ਸਟਾਫ ਆਉਂਦਾ ਉੱਥੇ ਜਿਹੜੀ ਹੈ ਪਿੱਛੇ ਤੁਸੀਂ ਵੇਖਦੇ ਪਿਆ ਨਾ ਕਿ ਅਸੀਂ ਬਹਿਸ ਕਰਦੇ ਪਿਆ ਸੀ ਮਿਸਤਰੀ ਨਾਲ ਸਾਡੀਆਂ ਕਲਾਸ਼ ਦੀਆਂ ਵਾਸ਼ਨਾ ਲੀਕ ਹੋਈਆਂ ਵਾਸ਼ਨਾ ਸਾਫ਼ ਪਾਈਆਂ ਫਿਰ ਉਹ ਸਾਡੇ ਕੋਲ ਬਲੀਡ ਨਾ ਆਉਂਦੀ ਵੀ ਹਵਾ ਕਿਉਂਕਿ ਕਲਾਸ਼ ਦੀ ਹਵਾ ਬਲੀਡ ਨਾ ਥੋੜ੍ਹੀ ਮੁਸ਼ਕਿਲ ਨਾਲ ਹੁੰਦੀ ਪਹਿਲੇ ਮਿਸਤਰੀ ਬੈਠਾ ਕੋਈ ਨਾ ਜਿਵੇਂ ਤਾਂ ਅੱਲਾ ਤਾਂ ਸ਼ੁਕਰ ਹੈ ਕਿ ਅਸਾਂ ਇਹਨੂੰ ਵਾਲੀ ਵਾਸ਼ਲਾ ਨਹੀਂ ਆਖਿਆ ਅਗਰ ਇਹ ਵਾਸ਼ਲਾ ਪੈਂਦਾ ਮੋਟੇ ਦਾ ਰੁਪਈਆ 4-5 ਹਜ਼ਾਰ ਪੱਕਾ ਹੀ ਇੱਕ ਸਟੀਕਾ ਭਰ ਕੇ ਆਪਣੀ ਦੁਕਾਨ ਤੋਂ ਸਿੱਖਦਾ ਦੀ ਚਾਬੀ ਨਹੀਂ ਚਾਹ ਜਾਂਦੀ ਕੋਈ ਔਜ਼ਾਰ ਕੋਈ ਕੰਮ ਕਰਨ ਵਾਸਤੇ ਨਹੀਂ ਸਿਰਫ ਇੱਕ ਟੀਕਾ ਲੈ ਆਉਂਦੇ ਉਹ ਟੀਕਾ ਲੈ ਆਏ ਤੇ ਕਿੰਨੇ 600 ਰੁਪਈਆ ਮੰਗ ਲੈਂਦਾ ਇੱਦਾਂ ਇਹ ਮਿਸਤਰੀ ਇਮਰਾਨ ਫਰਕ ਸ਼ਾਪ ਆਈ ਤੇ ਆਫਿਸ ਮਿਲਾ ਹੋਟਲ ਦੇ ਨਾਲ ਆਪਣੇ ਵਿਆਹ ਤੇ ਲਗਾਂਗਾ ਲੈਣਾ ਆ ਜਾਣ ਕੇ ਯਾਰ ਜਿਹੜਾ ਤੇਰਾ ਚੱਕਰ ਲੱਗਿਆ ਨਾ ਇਹਦੇ ਤੇ ਤੂੰ ਲਾਜ਼ਮੀ ਸਾਨੂੰ ਦੱਸਣਾ ਬਿਰਾਉਣ ਤੁਹਾਡਾ ਨੰਬਰ ਹੀ ਮੇਰੇ ਕੋਲ ਕੋਈ ਨਹੀਂ ਤੇ ਪਹਿਲਾਂ ਦੱਸਿਓ ਜਿਹੜਾ ਵਧਿਆ ਤੁਹਾਡੇ ਤਲਗੰਗ ਮੀਆਂ ਵਾਲੀ ਰੋਡ ਤੋਂ ਜਿਹੜਾ ਬਾਈਪਾਸ ਮੋਸਿਦਾ ਬਲਕਸਰ ਤੋਂ ਜਿਹੜਾ ਚਕਵਾਲ ਅਤੇ ਬੜੀ ਗੱਲ ਯਾਰ ਜਿਹੜਾ ਰੋਡ ਬਣ ਗਿਆ ਨਾ ਪਹਿਲਾਂ ਤਾਂ ਬੜੀ ਜ਼ਲਾਲਤ ਪੂਣੀ ਹੁੰਦੀ ਹੈ ਹੁਣ ਚਲੋ ਚੜਾਈਆਂ ਲਾਈਆਂ ਤਾਂ ਕਹਿੰਦੇ ਤਾਂ ਗੱਲ ਹੈ ਲੇਕਿਨ ਰੋਡ ਠੀਕ ਹੈ ਗੱਡੀ ਜਿਹੜੀਆਂ ਨੇ ਜਾਮ ਕੱਢਿਆ ਤਾਂ ਬਿਨਾਂ ਔਖੀ ਨਹੀਂ ਹੁੰਦੀ ਚੰਗਾ ਬਣਾ ਦਿੰਦਾ ਅੱਛਾ ਸਾਹਿਬ ਸ਼ਾਫਟ ਵਾਲੀ ਗੱਲ ਕਿਵੇਂ ਆਈ ਕਿਤੇ ਡੱਟੇ ਤੇ ਕਿਵੇਂ ਜਾ ਕੇ ਚੀ ਆਈ ਮੋੜ ਉਹ ਗੱਲ ਇਦਾਂ ਆ ਗਈ ਵੀਰੇ ਅਸੀਂ ਨਿਕਲੇ ਪੁਆਣੇ ਚੋਂ ਅੱਛਾ ਗੱਡੀ ਲੈ ਕੇ ਪੁਆਣੇ ਦੀ ਝੰਗ ਗਿਆ ਤੇ ਮੋਏ ਟੋਬੇ ਪਹੁੰਚ ਗਿਆ ਟੋਬੇ ਅਸੀਂ ਮੋਟਰ ਤੇ ਚੜ ਗਏ ਅੱਛਾ ਹੋਰ ਕੋਟ ਦੇ ਲਾਗੇ ਪਹੁੰਚੇ ਆ ਨਾ ਗੱਡੀ ਫਰੀ ਹੋ ਗਈ ਅੱਛਾ ਥੱਲੇ ਉਤਰੇ ਦੇਖਿਆ ਵੀ ਕੀ ਬਣਿਆ ਸ਼ਾਫਟ ਹੀ ਇਹਨੇ ਬੜੇ ਪਰੇ ਜਾਣ ਵੀ ਸ਼ਾਫਟ ਕਿੱਧਰ ਗਈ ਫਿਰ ਭਾਈ ਫੋਨ ਕੀਤਾ ਭਾਈ ਮੈਂ ਕਿ ਮੰਜਰ ਹਾਂ ਉਹ ਭਾਈ ਮੰਜਰ ਫਿਰ ਕਾਰ ਤੇ ਗਿਆ ਉਹ ਸਮਾਨ ਸਮੂਨ ਲੈ ਕੇ ਸ਼ਾਫਟ ਚੁੱਕੇ ਤੇ ਲੈ ਕੇ ਉਹ ਸ਼ਾਫਟ ਚੁੱਕੇ ਦੇ ਕੇ ਆਇਆ ਹੁਣ ਤੁਸੀਂ ਸਾਨੂੰ ਇਹ ਗੱਲ ਦੱਸੋ ਆ ਜਿੰਨੇ ਭਰਾ ਸਾਡਾ ਵੇਖਦੇ ਨੇ ਚੈਨਲ ਸ਼ਾਫਟ ਪੁਆਣੇ ਡਿੱਗੀ ਆ ਗੱਡੀ ਸ਼ੋਰਕੋਟ ਕਿੱਦਾਂ ਪਹੁੰਚ ਗਈ ਸਾਨੂੰ ਕੋਈ ਸਮਝ ਨੀ ਆਈ ਜੇ ਤੁਹਾਨੂੰ ਕੋਈ ਸਮਝ ਆਵੇ ਤੇ ਮਿੰਟ ਚ ਜਰੂਰ ਦੱਸਣਾ ਆ ਟੱਲੀ ਟੁੱਲੀ ਵੀ ਦਬਾ ਦਿਆ ਕਰੋ ਕੁਛ ਨੀ ਹੁੰਦਾ ਬਲਕਸਰ ਇਹ ਸਾਹਮਣੇ ਸਾਈਡ ਅਗਰ ਇਸਲਾਮਾਬਾਦ ਵਾਲੇ ਪਾਸੇ ਜਾਵਣਾ ਹੋਵੇ ਤਾਂ ਜਨਾਬ ਵੀ ਤੂੰ ਚੜ ਜਾਓ ਮੋਟਰਵੇ ਦੇ
ਸੋਹਣੀ ਇਸਲਾਮਾਬਾਦ ਤੇ ਖੈਰ ਕੋਈ ਨਹੀਂ ਜਾਣਾ ਅੱਗੇ ਹੀ ਉਹ ਹਾਂ ਪਿੱਲੇ ਚੱਕਰ ਆਇਆ ਸੀ ਤੇ ਹਾਂ ਡਿੱਠਾ ਹੁੰਦਾ ਕਿ ਉਹ ਇਸਲਾਮਾਬਾਦ ਜਾਣਾ ਚਲੋ ਉਹਨੇ ਚਕਵਾਲ ਹੈ ਬਾਕੀ ਅੱਗੇ ਹੁਣ ਤੱਕ ਵਪਾਰੀ ਦਾ ਫੋਨ ਕੋਈ ਨਹੀਂ ਆਇਆ ਹੁਣ ਕਾਲ ਆਈ ਆਈ ਪਿੱਛੇ ਕੋਈ 5-10 ਮਿੰਟ ਹੋ ਗਏ ਪੁੱਛੇ ਤੂੰ ਸਾਧ ਕਿੱਥੇ ਮੈਂ ਕਿ ਬਲਕਾ ਸਾਰਾ ਪੜਦਾ ਪਿਆ ਤਾਂ ਠੀਕ ਹੈ ਫਲਾਣੀ ਦੁਕਾਨ ਨੰਬਰ 'ਤੇ ਆ ਜਾ ਮੈਂ ਠੀਕ ਹੈ ਇੱਥੋਂ ਅੱਲਾ ਖੈਰ ਰੱਖਿਆ ਤਕਰੀਬਨ ਹੋਰ ਕੋਈ ਘੰਟੇ ਸਮੇਂ ਤੱਕ ਕੱਪੜ ਜਾਣਾ ਹੈ 20 ਕਿਲੋਮੀਟਰ ਹੈ ਇੱਥੋਂ ਅਗਾਂਹ ਸਬਜ਼ੀ ਫਰੂਟ ਮੰਡੀ ਮੋੜ ਕੋਸ਼ਿਸ਼ ਕਰ ਸਾਂ ਜਿਹੜਾ ਮੋੜ ਸੀਮੈਂਟ ਰੋਡ ਕਰਕੇ ਤੂੰ ਵੀ ਜਾਣ ਪੁੱਛ ਕੇ ਆ ਤੋ ਤੂੰ ਲੈ ਕਰ ਪੱਟੇ ਪੁੱਟੇ ਖਿੱਚ ਲਿਆ ਕਰ ਅੱਛਾ ये कितने सेकंड की बनानी है कितना हो गया 1:40 गड्डी अपने ना शुरू कर दी तेने खाली करनी तकरीबन और कोई भाई ने कितना टाइम लग जाए गड्डी तो और खाली कर दे कर दे घंटे डेढ़ लग जाएगा ठीक है ए भाई और आख्या साडी वीडियो जड़ी है ना वो तो सलाह में बनावनी है ਚੁੰਜਾ ਦਿਨ ਅਟਕ ਹੈ ਨਾ ਇਹ ਹੋਣਾ ਚਾਹੀਦਾ KPK ਚ ਤੇ ਡੇਰਾ ਸਮੇਲ ਖਾਨ ਜਿਹੜਾ ਉਹ ਹੋਣਾ ਚਾਹੀਦਾ ਪੰਜਾਬ ਵਿਚ ਕਿਉਂਕਿ ਅਟਕ ਦੇ ਬੰਦੇ ਨਾ ਜ਼ਿਆਦਾ ਇੰਨੇ ਮਲੂਮ ਹੁੰਦੇ ਜਿਵੇਂ ਯਾਨੀ ਕਿ KPK ਦੇ ਬੰਦੇ ਤੇ ਡੇਰਾ ਸਮੇਲ ਖਾਨ ਦੇ ਜਿਹੜੇ ਬੰਦੇ ਨੇ ਉਹ ਇਹਨੇ ਮਲੂਮ ਹੁੰਦਾ ਕਿ ਜਿਵੇਂ ਇਹ ਪੰਜਾਬ ਦੇ ਨੇ ਜੀ ਬਿਲਕੁਲ ਤੂੰ ਵੀਰਾ ਕਿਹੜੇ ਇਲਾਕੇ ਦਾ ਕੋਇਟਾ ਦਾ ਕੋਇਟਾ ਦਾ ਹਾਂਜੀ ਸੰਗਾ ਬੰਦਾ ਯਾਰ ਉੱਥੇ ਸੇਬਾਂ ਦੇ ਘਰ ਛੋੜ ਕੇ ਤੇ ਇੱਥੇ ਆਇਆ ਬਤਾਇਆ ਸਾਡੇ ਪਿੰਡ ਦੇ ਸੇਬ ਨਾ ਤੇਰੀ ਹੁਣ
ਸਹੀ ਹੈ ਮਾਸ਼ਾਅੱਲਾ ਚਕਵਾਲ ਜਿਸ ਟਾਈਮ ਵੀ ਮੇਰਾ ਭਰਾ ਆਵੇਂ ਸੋਹਣੇ ਸੇਬ ਕੋਆ ਸਨ ਅਲ ਬੁਖਾਰੇ ਕੋਆ ਸਨ ਤੂੰ ਉਹਨਾਂ ਦੀ ਬੇ ਤੂੰ ਰੇਵੜੀਆਂ ਖਵਾ ਜਿਹੜੀ ਮਸ਼ਹੂਰ ਹੈ ਚਕਵਾਲ ਦੀ ਸ਼ਾਇਦ ਤੁਸੀਂ ਆਏ ਹੋ ਸੇਬ ਸੇਬ ਖਵਾ ਸੇਬ ਬਿਲਕੁਲ ਅਭੀ ਆਪ ਆਏ ਹੋ ਇਨਸ਼ਾਅੱਲਾ ਚਲੋ ਆ ਗੱਡੀ ਖਾਲੀ ਕਰਨਾ ਤੇ ਮੋੜ ਜਿਹੜਾ ਹੈ ਨਾ ਸਭ ਕੁਝ ਆਪਕੋ ਬਾਈਕ ਲਾਏਗਾ ਆਪ ਮੇਰੇ ਮਹਿਮਾਨ ਹੋ ਇਨਸ਼ਾਅੱਲਾ ਬਸ ਠੀਕ ਸਾਬੇਦਾਰ ਹੈ ਇਹ ਹੈ ਜਨਾਬ ਸਾਡੀ ਅੱਜ ਦੀ ਵੀਡੀਓ ਵੀਰਾ ਅਗਰ ਵੀਡੀਓ ਚੰਗੀ ਲੱਗਿਆ ਤਾਂ ਚੈਨਲ ਲਈ ਸਬਸਕ੍ਰਾਈਬ ਕਰਨਾ ਨਾਲ ਲੱਗੇ ਹੋਏ ਘੰਟੇ ਦੇ ਬਟਨ ਨੂੰ ਦਬਾਉਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜਿੱਤਣ ਤੱਕ ਆਪਣੇ ਵੀਰਾਂ ਦੀ ਇਜਾਜ਼ਤ ਦਿਓ ਪਾਕਿਸਤਾਨ ਜ਼ਿੰਦਾਬਾਦ